ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਨਿਊਜ਼ ਅਪਡੇਟ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਜੀ ਸੂਬੇ ਪੰਜਾਬ ਦੀਆਂ ਵੱਡੀਆਂ ਚੋਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਿਨ ਪ੍ਰਾਈਮ ਟਾਈਮ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਆਂ ਚੰਡੀਗੜ੍ਹ ਨਿਊਜ਼ ਤੋਂ ਵਿਧਾਇਕ ਅਮੋਲਕ ਸਿੰਘ ਦਾ ਚੰਡੀਗੜ੍ਹ ਟ੍ਰੈਫਿਕ ਪੁਲਿਸ ਨਾਲ ਪਿਆ ਪੇਚਾ ਮੁਲਾਜ਼ਮ ਦਾ ਤੋੜਿਆ ਫੋਨ ਤੇ ਕੱਡੀਆਂ ਗੰਦੀਆਂ ਗੰਦੀਆਂ ਗੱਲਾਂ ਆਮ ਆਦਮੀ ਪਾਰਟੀ ਦੇ ਹਲਕਾ ਜੈਤੋ ਤੋਂ ਵਿਧਾਇਕ ਅਮੋਲਕ ਸਿੰਘ ਇਨੀ ਦਿਨੀ ਕਾਫੀ ਸੁਰਖੀਆਂ ਚੋਂ ਨੇ ਇਸ ਦੌਰਾਨ ਹੁਣ ਵਿਧਾਇਕ ਦੀ ਇੱਕ ਨਵੀਂ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਉਹ ਚੰਡੀਗੜ੍ਹ ਟ੍ਰੈਫਿਕ ਪੁਲਿਸ ਨੂੰ ਬਤਮੀਜ਼ੀ ਕਰਦੇ ਹੋਏ ਨਜ਼ਰ ਆ ਰਹੇ ਹਨ ਇਸ ਵੀਡੀਓ ਦੇ ਵਿੱਚ ਸ਼ਰੇਆਮ ਗਾਲਾਂ ਕੱਡੀਆਂ ਗਈਆਂ ਨੇ ਵੀਡੀਓ ਨੂੰ ਕਾਂਗਰਸ ਦੇ ਲੀਡਰ ਸੁਖਪਾਲ ਸਿੰਘ ਖਹਿਰਾ ਨੇ سوشل میڈیا ਤੇ ਸਾਂਝਾ ਕੀਤਾ ਜਿਸ ਵਿੱਚ ਉਹਨਾਂ ਨੇ ਲਿਖਿਆ ਕਿ ਆਮ ਆਦਮੀ ਪਾਰਟੀ ਦੇ ਜੈਤੋ ਤੋਂ ਵਿਧਾਇਕ ਅਮੋਲਕ ਸਿੰਘ ਦਾ ਇੱਕ ਹੋਰ અપਮਾਨਜਨਕ ਵਤੀਰਾ ਸਾਹਮਣੇ ਆਇਆ ਹੈ ਜਿਸ ਵਿੱਚ ਉਹ ਚੰਡੀਗੜ੍ਹ ਪੁਲਿਸ ਦੇ ਇੱਕ ਮੁਲਾਜ਼ਮ ਨਾਲ ਦੁਰਵਿਵਹਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਉਸਨੇ ਕਿਹਾ ਹੈ ਕਿ ਮੈਂ ਹੈਰਾਨ ਹਾਂ ਕਿਉਂਕਿ ਚੰਡੀਗੜ੍ਹ ਦੇ ਪੁਲਿਸ ਦੇ ਅਧਿਕਾਰੀ ਅਤੇ ਐਸਐਸਪੀ ਚੰਡੀਗੜ੍ਹ ਅਜੇ ਇਹ ਬਦਮਾਸ਼ ਸਿਆਸਤਦਾਨਾਂ ਦੇ ਵਿਰੁੱਧ ਐਫਆਈਆਰ ਦਰਜ ਕਰਨ ਤੋਂ ਵੀ ਟਾਲਾਵਾਟ ਰਹੇ ਨੇ ਇਸ ਮੌਕੇ ਖੈਰਾਨੇ ਸਵਾਲ ਚੁੱਕਦਿਆਂ ਕਿਹਾ ਜੇ ਅਧਿਕਾਰੀ ਆਪਣੀ ਇੱਜ਼ਤ ਦੀ ਰਾਖੀ ਨਹੀਂ ਕਰ ਸਕਦੇ ਤਾਂ ਆਪਣੇ ਉੱਚ ਅਧਿਕਾਰੀਆਂ ਦੇ ਹੁਕਮਾਂ ਦੀ ਪਾਲਣਾ ਕਿਉਂ ਕਰਨਗੇ ਮੈਂ ਉਸ ਦੇ ਖਿਲਾਫ ਤੁਰੰਤ ਕਾਰਵਾਈ ਦੀ ਮੰਗ ਕਰਦਾ ਹਾਂ ਪੰਜਾਬੀ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਲਈ ਅੰਗਰੇਜ਼ੀ ਭਾਸ਼ਾ ਵਿੱਚ ਮਾਹਰ ਬਣਾਉਣ ਲਈ ਚੁੱਕਿਆ ਕਦਮ ਮੁੱਖ ਮੰਤਰੀ ਭਗਵੰਤ ਮਾਨ ਦੇ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਨਵੇਕਲੀ ਪਹਿਲ ਕਦਮੇ ਤਹਿਤ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਲਈ ਬ੍ਰਿਟਿਸ਼ ਕਾਉਂਸਲ ਐਜੂਕੇਸ਼ਨ ਐਂਡ ਮੀਡੀਆ ਪ੍ਰਾਈਵੇਟ ਲਿਮਟਿਡ ਨਾਲ ਸਮਝੌਤੇ ਉੱਤੇ ਦਸਖਤ ਕੀਤੇ ਗਏ ਹਨ ਸਮਝੌਤੇ ਉੱਤੇ ਪੰਜਾਬ ਸਰਕਾਰ ਦੀ ਤਰਫੋਂ ਉਚੇਰੀ ਸਿੱਖਿਆ ਵਿਭਾਗ ਦੇ ਡਾਇਰੈਕਟੋਰੇਟ ਡਾਕਟਰ ਅਮਰਪਾਲ ਸਿੰਘ ਅਤੇ ਬ੍ਰਿਟਿਸ਼ ਕਾਉਂਸਲ ਦੇ ਐਮ ਡੀ ਡਾਂਕਨ ਵਿਲਸਨ ਨੇ ਮੁੱਖ ਮੰਤਰੀ ਭਗਵੰਤ ਮਾਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਚੰਡੀਗੜ੍ਹ ਵਿੱਚ ਬ੍ਰਿਟਾਨੀਆ ਦੇ ਡਿਪਟੀ ਹਾਈ ਕਮਿਸ਼ਨਰ ਕੈਲੋ ਰਾਇਨ ਰੋਵੇਟ ਨੇ ਹਸਤਾਖਰ ਕੀਤੇ ਨੇ ਇਸ ਸਮਝੌਤੇ ਨੂੰ ਨੇਪਰੇ ਚਾੜਨ ਲਈ ਉਚੇਰੀ ਸਿੱਖਿਆ ਵਿਭਾਗ ਨੂੰ ਮੁਬਾਰਕਬਾਦ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਇਤਿਹਾਸ ਵਿੱਚ ਇਹ ਸੁਨਹਿਰੀ ਅੱਖਰਾਂ ਨਾਲ ਲਿਖਿਆ ਗਿਆ ਹੈ ਉਹਨਾਂ ਨੇ ਕਿਹਾ ਇਸ ਸਮਝੌਤੇ ਨਾਲ ਉਚੇਰੀ ਸਿੱਖਿਆ ਵਿਭਾਗ ਅਧੀਨ ਸਰਕਾਰੀ ਕਾਲਜਾਂ ਦੇ ਵਿਦਿਆਰਥੀਆਂ ਲਈ ਇੰਗਲਿਸ਼ ਫਾਰ ਵਰਕ ਲਈ ਸਿਖਲਾਈ ਕੋਰਸ ਸ਼ੁਰੂ ਕਰਨ ਦਾ ਰਾਹ ਪੱਧਰਾ ਹੋਵੇਗਾ ਮੁੱਖ ਮੰਤਰੀ ਨੇ ਕਿਹਾ ਕਿ ਇੰਗਲਿਸ਼ ਫਾਰ ਵਰਕ ਇੱਕ ਅਜਿਹਾ ਆਨਲਾਈਨ ਮਿਸ਼ਰਤ ਲਰਨਿੰਗ ਕੋਰਸ ਹੈ ਜਿਹੜਾ ਲਾਈਵ ਇੰਟਰਐਕਟਿਵ ਕਲਾਸਾਂ ਨਾਲ ਖੁਦ ਪੜਨ ਦੇ ਲਚਕੀਲੇ ਸਿਧਾਂਤ ਨਾਲ ਫਲਪਡ ਕਲਾਸਰੂਮ ਸੰਕਲਪ ਦੀ ਵਰਤੋਂ ਕਰੇਗਾ। ਕੈਨੇਡਾ ਤੋਂ ਆਈ ਮੰਦਪਾਗੀ ਖਬਰ ਪੁੱਤ ਦੇ ਬਰਥਡੇ ਵਾਲੇ ਦਿਨ ਪੰਜਾਬੀ ਟਰੱਕ ਦੇ ਡਰਾਈਵਰ ਦੀ ਦਰਦਨਾਕ ਮੌਤ ਬ੍ਰਿਟਿਸ਼ ਕੋਲੰਬੀਆ ਕੈਨੇਡਾ ਤੋਂ ਆਏ ਦਿਨ ਪੰਜਾਬੀਆਂ ਦੀਆਂ ਮੌਤਾਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਇਸ ਤਰ੍ਹਾਂ ਹੁਣ ਕੈਨੇਡਾ ਦੇ ਦੱਖਣ ਪੂਰਬੀ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਕੁਟੇਨ ਨੈਸ਼ਨਲ ਪਾਰਕ ਵਿੱਚ ਵਾਪਰੇ ਇੱਕ ਭਿਆਨਕ ਹਾਦਸੇ 'ਚ ਪੰਜਾਬੀ ਟਰੱਕ ਡਰਾਈਵਰ ਸੁਖਜਿੰਦਰ ਸਿੰਘ ਗਿੱਲ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਸੁਖਜਿੰਦਰ ਦਾ ਅੰਤਿਮ ਸੰਸਕਾਰ ਤੇ ਖਰਚਿਆਂ ਵਿੱਚ ਪਰਿਵਾਰ ਮਦਦ ਕਰਨ ਦੇ ਲਈ ਫੰਡ ਇਕੱਠਾ ਕਰਨ ਦੇ ਲਈ ਗੋ ਫੰਡਮੀ ਦੇ ਪੇਜ ਸਥਾਪਿਤ ਕੀਤਾ 19 ਜੁਲਾਈ 2023 ਸੁਖਜਿੰਦਰ ਟਰੱਕ ਚਲਾ ਰਿਹਾ ਸੀ ਹਾਈਵੇ 93 ਉਤੇ ਨੇ ਨੈਸ਼ਨਲ ਪਾਰਕ ਨੇੜੇ ਹਾਦਸਾ ਵਾਪਰਿਆ ਤੇ ਉਸ ਦੀ ਮੌਤ ਹੋ ਗਈ ਉਸ ਦਿਨ ਉਸਤੇ ਵੱਡੇ ਪੁੱਤਰ ਦਾ ਜਨਮ ਦਿਨ ਸੀ ਤੇ ਉਹ ਘਰ ਵਾਪਸੀ ਕਰ ਰਿਹਾ ਸੀ ਉੱਤਰ ਦੀ ਲਾਸ਼ ਦਫਨਾਉਣ ਤੇ ਪੜਕਿਆ ਫੌਜੀ ਪਤਨੀ ਸਮੇਤ 13 ਲੋਕਾਂ ਦਾ ਕੀਤਾ ਕਤਲ ਖਬਰ ਜਲੰਧਰ ਤੋਂ ਜਿੱਥੇ ਨਸ਼ੇੜੀਆਂ ਦੀ ਸ਼ਰਮਨਾਕ ਕਰਤੂਤ ਕੁੱਤਾ ਕਮਾਉਣ ਗਈ ਲੜਕੀ ਨੂੰ ਲਾਇਆ ਜ਼ਬਰਦਸਤੀ ਨਸ਼ੇ ਦਾ ਟਿਕਾ ਹਸਪਤਾਲ ਦੇ ਵਿੱਚ ਦਾਖਲ ਦੋਸਤੋ ਵੱਡੀ ਖਬਰ ਆ ਜੀ ਪਰ ਉਸ ਤੋਂ ਪਹਿਲਾਂ ਨਿੱਕੀ ਜਿਹੀ ਬੇਨਤੀ ਆ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਦੇ ਨਾਲ ਸਾਂਝਾ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਪੰਜਾਬ ਦੀਆਂ ਲੇਟੈਸਟ ਵੀਡੀਓ ਲਗਭਗ ਮਿਲਦੀਆਂ ਰਹਿਣ ਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਜਲੰਧਰ ਦੇ ਵਿੱਚ ਕਹਿਰ ਵਾਪਰਿਆ ਹੈ ਪੰਜਾਬ ਦੀ ਜਵਾਨੀ ਕਿਸ ਪਾਸੇ ਵੱਲ ਜਾ ਰਹੀ ਆ ਜੀ ਤੁਸੀਂ ਦੇਖ ਸਕਦੇ ਹੋ ਜਲੰਧਰ ਤੋਂ ਨਸ਼ੇੜੀਆਂ ਦੀ ਸ਼ਰਮਨਾਕ ਕਰਤੂਤ ਸਾਹਮਣੇ ਆਈ ਹੈ ਜਿਥੇ ਜਲੰਧਰ ਪਛਮੀ ਹਲਕੇ ਦੇ ਵਿੱਚ ਨਸ਼ੇੜੀਆਂ ਵੱਲੋਂ ਇੱਕ ਲੜਕੀ ਨੂੰ ਜ਼ਬਰਦਸਤੀ ਨਸ਼ੇ ਦਾ ਟੀਕਾ ਲਾ ਕੇ ਰੇਪ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਲੜਕੀ ਕਿਸੇ ਤਰ੍ਹਾਂ ਨਸ਼ੇੜੀਆਂ ਦੇ ਚੁੰਗਲ ਤੋਂ ਬਚ ਕੇ ਆਪਣੇ ਘਰ ਪਹੁੰਚੀ ਤਾਂ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਜਲੰਧਰ ਪਛਮੀ ਹਲਕੇ ਦੇ ਜਨਕ ਨਗਰ ਚ ਕੁੱਤਾ ਕਮਾਉਣ ਗਈ ਲੜਕੀ ਨੂੰ ਨਸ਼ੇੜੀ ਨੌਜਵਾਨਾਂ ਨੇ ਫੜ ਲਿਆ ਤੇ ਜ਼ਬਰਦਸਤੀ ਨਸ਼ੇ ਦਾ ਟੀਕਾ ਲਾ ਦਿੱਤਾ ਨਸ਼ੇੜੀ ਉਸ ਦਿਨ ਨਾਲ ਗਲਤ ਕੰਮ ਕਰਨਾ ਚਾਹੁੰਦੇ ਸਨ ਲੜਕੀ ਉਹਨਾਂ ਦੇ ਚੁੰਗਲ ਤੋਂ ਛਡਵਾ ਕੇ ਘਰ ਪਹੁੰਚੀ ਬਹੁਤ ਡਰੀ ਹੋਈ ਸੀ ਪਰਿਵਾਰਕ ਮੈਂਬਰਾਂ ਦੇ ਦੱਸਣ ਤੇ ਉਸਨੇ ਪੁੱਛਣ ਤੇ ਉਸਨੇ ਨਸ਼ੇੜੀਆਂ ਦੀ ਸਾਰੀ ਕਰਤੂਤ ਦੱਸੀ ਜਿਸ ਤੋਂ ਬਾਅਦ ਮਹੱਲੇ ਦੇ ਲੋਕਾਂ ਨੇ ਘੇਰ ਕੇ ਦੋ ਨਸ਼ੇੜੀ ਨੌਜਵਾਨਾਂ ਨੂੰ ਫੜ ਲਿਆ ਚੰਗੀ ਤਰ੍ਹਾਂ ਸ਼ਤਰੋਲ ਕਰਨ ਤੋਂ ਬਾਅਦ ਪੁਲਿਸ ਤੇ ਹਵਾਲੇ ਕਰ ਦਿੱਤਾ 16 ਸਾਲ ਪਹਿਲਾਂ ਹੋਈ ਅਧਿਆਪਕ ਭਰਤੀ ਕਪਲੇ ਦੇ ਵਿੱਚ ਮਾਮਲਾ ਜਾਲੀ ਦਸਤਾਵੇਜ਼ਾਂ ਦੇ ਆਧਾਰ ਤੇ মিলیاں नौकरियां विजिलेंस ने तेज कीते कपल्यां दी जांच ਉਸਿਖਾ ਵਿਭਾਗ ਕੋਲੋਂ ਕੱਲ ਤੱਕ ਮੰਗਿਆ ਸਾਰਾ ਰਿਕਾਰਡ 9998 ਅਧਿਆਪਕਾਂ ਚੋਂ 457 ਦੇ ਤਜਰਬੇ ਵਾਲੇ ਦਸਤਾਵੇਜ਼ ਨਕਲੀ ਨਿਕਲੇ ਪੰਜਾਬ ਦੇ ਵਿੱਚ 16 ਸਾਲ ਪਹਿਲਾਂ 2007 ਵਿੱਚ ਹੋਈ ਭਰਤੀ 'ਚ 9998 ਅਧਿਆਪਕਾਂ ਵਿੱਚੋਂ 457 ਦੀ ਜਾਂਚ ਭੁੱਲੀ ਇਹਨਾਂ ਅਧਿਆਪਕਾਂ ਦੇ ਤਜਰਬੇ ਦੇ ਸਰਟੀਫਿਕੇਟ ਜਾਲੀ ਪਾਏ ਗਏ ਨੇ ਕਈ ਕਮੀਆਂ ਵੀ ਪਾਈਆਂ ਗਈਆਂ ਨੇ ਵਿਜੀਲੈਂਸ ਬਿਊਰੋ ਨੇ ਸਿੱਖਿਆ ਵਿਭਾਗ ਤੋਂ ਇਹਨਾਂ ਸਾਰੇ ਵਿਵਾਦਿਤ ਅਧਿਆਪਕਾਂ ਦੇ ਤਜਰਬੇ ਸਰਟੀਫਿਕੇਟ ਅਤੇ ਹੋਰ ਦਸਤਾਵੇਜ਼ਾਂ ਦੀਆਂ ਤਸਦੀਕਸ਼ੁਦਾ ਕਾਪੀਆਂ ਸਮੇਤ 25 ਜੁਲਾਈ ਨੂੰ ਬਿਊਰੋ ਦਫ਼ਤਰ ਬੁਲਾਇਆ ਸਬੰਧੀ ਸਮੂਹ ਹ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੇ ਕਿਹਾ ਹੈ ਕਿ ਉਹਨਾਂ ਨੂੰ ਅਧਿਆਪਕਾਂ ਦਾ ਰੀਟ ਕਾਰਟਡ ਤੁਰੰਤ ਮੁੱਖ ਦਫਤਰ ਦੇ ਪੇਜਾਂ ਤੇ ਉਕਤ ਰਕਾਰਡ 25 ਜੁਲਾਈ ਨੂੰ ਵਿਜੀਲੈਂਸ ਨੂੰ ਦਿੱਤਾ ਜਾ ਸਕੇ ਅਗਲੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਸੀਐਮ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ 27 ਜੁਲਾਈ ਨੂੰ ਹੋਵੇਗੀ ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ 27 ਜੁਲਾਈ ਨੂੰ ਸਵੇਰੇ 11 ਵਜੇ ਪੰਜਾਬ ਸਿਕਤਰਏਤ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਹੋਵੇਗੀ ਇਸ ਕੈਬਨਿਟ ਦੇ ਵਿੱਚ ਵੱਡੇ ਫੈਸਲੇ ਲਏ ਜਾ ਸਕਦੇ ਹਨ ਸਤਲੁਜ ਦੇ ਪਾਣੀ ਦਾ ਪੱਧਰ ਵਧਿਆ ਪ੍ਰਸ਼ਾਸਨ ਨੇ ਸਥਿਤੀ ਨੂੰ ਲੈ ਕੇ ਬਲਾਈ ਮੀਟਿੰਗ ਤਿੰਨ ਦਿਨਾਂ ਦੀ ਰਾਹਤ ਤੋਂ ਬਾਅਦ ਸਤਲੁਜ ਦੇ ਪਾਣੀ ਦਾ ਪੱਧਰ ਫਿਰ ਵਧਣਾ ਸ਼ੁਰੂ ਹੋ ਗਿਆ ਹੈ ਸਥਿਤੀ ਇਹ ਹੈ ਕਿ ਕਾਮਾ ਵਾਲੀ ਪੁਲ ਤੋਂ 3 ਫੁੱਟ ਹੇਠਾਂ ਵਗਦਾ ਪਾਣੀ ਹੁਣ ਪੁਲ ਦੇ ਨਾਲ ਲੱਗ ਕੇ ਇਸ ਨਾਲ ਪਾਣੀ ਸੱਤ ਲੋਸ ਦੇ ਨਾਲ ਲੱਗਦੇ ਕਈ ਟਾਣੀਆਂ ਤੱਕ ਪਹੁੰਚ ਗਿਆ ਦੇ ਇਸ ਕਾਰਨ ਖੇਤਾਂ ਵਿੱਚ ਇੱਕ ਵਾਰ ਪਾਣੀ ਫੇਰ ਪਰਦਾ ਦਿਖਾਈ ਦੇ ਰਿਹਾ ਹੈ ਜਦੋਂ ਕਿ ਕਈ ਟਾਣੀਆਂ ਦੀਆਂ ਸੜਕਾਂ ਪਾਣੀ ਦੇ ਵਿੱਚ ਡੁੱਬੀਆਂ ਨਜ਼ਰ ਆ ਰਹੀਆਂ ਨੇ ਦੂਜੇ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਨੇ ਪਾਣੀ ਦੇ ਵਾਦ ਦੇ ਪੱਧਰ ਨੂੰ ਲੈ ਕੇ ਮੀਟਿੰਗ ਬੁਲਾਈ ਹੈ ਜਿਸ ਦੇ ਵਿੱਚ ਉੱਚ ਅਧਿਕਾਰੀਆਂ ਦੀ ਮੀਟਿੰਗ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਪਾਣੀ ਦੇ ਪੱਧਰ ਨੂੰ ਲੈ ਕੇ ਸਥਿਤੀ ਅਤੇ ਪ੍ਰਬੰਧਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਜਾ ਸਕਦਾ ਹੈ ਕੇਜਰੀਵਾਲ ਦੇ ਹੱਕ ਵਿੱਚ ਆਏ ਨਵਜੋਤ ਸਿੱਧੂ ਕਹੀ ਵੱਡੀ ਗੱਲ ਆਮ ਆਦਮੀ ਪਾਰਟੀ ਅੱਜਕੱਲ ਪੰਜਾਬ ਕਾਂਗਰਸ ਦੇ ਨਾਲ ਗੱਠ ਜੋੜ ਲੈ ਕੇ ਚਰਚਾ ਦੇ ਵਿਸ਼ਾ ਬਣ ਗਈ ਇਸ ਤਰ੍ਹਾਂ ਨਵਜੋਤ ਸਿੱਧੂ ਦਾ ਹੈਰਾਨ ਕਰਨ ਦੇਣ ਵਾਲਾ ਬਿਆਨ ਸਾਹਮਣੇ ਆਇਆ ਜਿਸ ਵਿੱਚ ਉਹਨਾਂ ਨੇ ਆਪ ਦਾ ਸਮਰਥਨ ਕੀਤਾ ਦੱਸਦੀ ਹੈ ਪੰਜਾਬ ਕਾਂਗਰਸ ਦੇ ਆਗੂ ਨਵਜੋਤ ਸਿੱਧੂ ਨੇ ਆਰਡੀਨੈਂਸ ਦੇ ਮੁੱਦੇ ਤੇ ਅਰਵਿੰਦ ਕੇਜਰੀਵਾਲ ਦੇ ਨਾਲ ਸਹਿਮਤੀ ਪ੍ਰਗਟਾਈ ਹੈ ਉਤੇ ਹੀ ਪੰਜਾਬ ਕਾਂਗਰਸ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅੱਜ ਕੌਮੀ ਪ੍ਰਧਾਨ ਮਲਕਾ ਅਰਜਨ ਖੜਗੇ ਨਾਲ ਮੁਲਾਕਾਤ ਕੀਤੀ ਸਿੱਧੂ ਨੇ ਹਾਈ ਕਮਿਸ਼ਨ ਤੇ ਹਾਈ ਕਮਾਂਡ ਦੇ ਨਾਲ ਸਹਿਮਤੀ ਪ੍ਰਗਟਾਈ ਦਿੱਲੀ ਦੇ ਵਿੱਚ ਰਾਜਪਾਲ ਦੇ ਦਖਲ ਤੇ ਵੱਡਾ ਬਿਆਨ ਦਿੱਤਾ ਹੈ ਪੰਜਾਬ ਦੇ ਵਿੱਚ ਮੀਂਹ ਸੰਬੰਧੀ ਮੌਸਮ ਵਿਭਾਗ ਨੇ ਦਿੱਤੀ ਵੱਡੀ ਅਪਡੇਟ ਪੰਜਾਬ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਨੇ ਪਰ ਆਉਣ ਵਾਲੇ 2 ਦਿਨਾਂ ਦੇ ਵਿੱਚ ਮੌਸਮ ਜਿਹੜਾ ਮੀਂਹ ਦਾ ਬਣ ਸਕਦਾ ਹੈ ਖਰਾਬ ਹੋ ਸਕਦਾ ਹੈ ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਵਿਭਾਗ ਮੁਤਾਬਕ ਬੁੱਧਵਾਰ ਤੋਂ ਇੱਕ ਵਾਰ ਫਿਰ ਮੌਸਮ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲੇਗਾ ਬੁੱਧਵਾਰ ਅਤੇ ਵੀਰਵਾਰ ਨੂੰ ਪੂਰੇ ਪੰਜਾਬ ਦੇ ਵਿੱਚ ਭਾਰੀ ਮੀਂਹ ਪੈ ਸਕਦਾ ਹੈ ਦੋ ਦਿਨ ਮੀਂਹ ਨਾ ਹੋਣ ਕਰਕੇ ਪੰਜਾਬ ਚ ਹੜ੍ਹ ਸਬੰਧੀ ਕੁਝ ਕੰਮ ਠੀਕ ਹੋਇਆ ਸੀ ਕਾਗਰ ਦੇ ਬੰਨਾਂ ਨੂੰ ਮਜ਼ਬੂਤ ਕਰਨ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਕਾਲੀ ਮਾਤਾ ਮੰਦਰ ਪਟਿਆਲਾ ਦੇ ਵਿੱਚ ਸੁਰੱਖਿਆ ਚੁਤਨਾਇਤ ਪੁਲਿਸ ਮੁਲਾਜ਼ਮ ਦੀ ਗੋਲੀ ਲੱਗਨ ਨਾਲ ਮੌਤ ਸਥਾਨਕ ਸ਼੍ਰੀ ਕਾਲੀ ਮਾਤਾ ਮੰਦਰ ਦੀ ਸੁਰੱਖਿਆ ਵਿੱਚ ਤਤਨਾਇਤ ਪੰਜਾਬ ਪੁਲਿਸ ਅੱਤਵਾਦ ਵਿਰੋਧੀ ਦਸਤੇ ਦੇ ਮੁਲਾਜ਼ਮ ਦੀ ਗੋਲੀ ਲੱਗਨ ਨਾਲ ਮੌਤ ਹੋ ਗਈ ਆ ਮ੍ਰਿਤਕ ਮੁਲਾਜ਼ਮ ਦੀ ਪਛਾਣ ਜੰਗਾ ਸਿੰਘ 26 ਵਾਸੀ ਪਿੰਡ ਹਸਨਪੁਰ ਨੇੜੇ ਸ਼ੰਭੂ ਵੱਜ ਹੋਈ ਆ ਘਟਨਾ ਦੇ ਰਾਤ ਵਾਪਰੀ ਇਸ ਬਾਰੇ ਸੂਚਨਾ ਮਿਲਣ ਤੇ ਥਾਣਾ ਕੂਤਵਾਲੀ ਦੀ ਪੁਲਿਸ ਤੇ ਅਧਿਕਾਰੀ ਮੌਕੇ ਤੇ ਪਹੁੰਚੇ ਤੇ Laash ਨੂੰ ਕਬਜ਼ੇ ਦੇ ਵਿੱਚ ਲੈ ਲਿਆ ਗੋਲੀ ਚੱਲਣ ਦਾ ਕਾਰਨ ਫਿਲਹਾਲ ਸਪਸ਼ਟ ਨਹੀਂ ਹੋ ਸਕਿਆ ਦੱਸਿਆ ਗਿਆ ਕਿ ਗੋਲੀ 1K47 ਵਿੱਚੋਂ ਚੱਲੀ ਹੈ ਘਟਨਾ ਬਹੁਤਾ ਲੱਗਨ ਤੇ ਆਰਾਮ ਕਰਨ ਗਏ ਉਸਦੇ ਸਾਥੀ ਮੁਲਾਜਮ ਮੌਕੇ ਤੇ ਪਹੁੰਚ ਗਏ ਤੇ ਮੌਕੇ ਤੇ ਐਸਐਸਪੀ ਸਿਟੀ ਮੁਹੰਮਦ ਸਰਫਰਾਜ਼ ਆਲਮ ਨੇ ਦੱਸਿਆ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜੀ ਫੋਰੈਂਸਿਕ ਜਾਂਚ ਕਰਵਾਈ ਜਾ ਰਹੀ ਹੈ ਪੁੱਤ ਦੀ ਆਸ ਤੋਂ ਪੈਦਾ ਹੋਈਆਂ 11 ਤੀਆਂ ਹੁਣ ਪਰਿਵਾਰ ਦਾ ਵਾਤਾਵਰਣੀਆਂ ਨੇ ਮਾਨ ਸੁਤੀਆਂ ਪੋਜਣੇ ਬੇਟੀ ਪਜਾਉ ਬੇਟੀ ਪੜਾਉ ਤਹਿਤ ਸਰਕਾਰ ਲੋਕਾਂ ਨੂੰ ਜਾਗਰੂ ਕਰਦੀ ਰਹਿੰਦੀ ਪਰ ਅਸਲ ਦੇ ਵਿੱਚ ਜੇ ਕਰਤੀਆਂ ਦੀ ਬਾਦਸ਼ਾਹਤ ਦੇਖਣੀ ਹੋਵੇ ਤਾਂ ਹਰਿਆਣਾ ਦੇ ਨੂ ਦਾ ਇੱਕ ਪਰਿਵਾਰ ਦਾ ਮਸਾਲਾ ਹੈ ਪੁੱਤ ਦੀ ਆਸ ਵਿੱਚ 11 ਤੀਆਂ ਪੈਦਾ ਕਰ ਦਿੱਤੀਆਂ ਹੁਣ 11 ਪੈਣਾ ਪਰਿਵਾਰ ਦਾ ਨਾਮ ਰੌਸ਼ਨ ਕਰ ਰਹੀਆਂ ਨੇ ਜਿਸ ਦੀ ਪੂਰੇ ਜ਼ਿਲ੍ਹੇ ਦੇ ਵਿੱਚ ਚਰਚਾ ਹੈ ਦਾਰ ਸਾਲ ਦਾ ਸਾਲ ਦਰ ਸਾਲ 11 ਤੀਆਂ ਨੇ ਜਨਮ ਲਿਆ ਇੱਕ ਪੁੱਤਰ ਪੈਦਾ ਕਰਨ ਦੀ ਇੱਛਾ ਸੀ ਪੁੱਤਰ ਨੇ ਜਨਮ ਲਿਆ ਪਰ ਬਾਅਦ ਵਿੱਚ ਉਸ ਦੀ ਮੌਤ ਹੋ ਗਈ ਇਸ ਤੋਂ ਬਾਅਦ 11 ਬੇਟੀਆਂ ਦੀ ਸਫਲਤਾ ਦੀ ਅਜੇ ਹੀ ਪੌੜੀਆਂ ਚੜੀਆਂ ਕਿ ਮਾਰ ਸ਼ੀਤਾ ਬੇਗਮ ਅਤੇ ਪਿਤਾ ਰਿਆਸ ਕਾਨ ਨੂੰ بیٹے ਬਾਰੇ ਸੋਚਣ ਦਾ ਮੌਕਾ ਹੀ ਨਹੀਂ ਦਿੱਤਾ ਕੁਝ ਸਰਕਾਰੀ ਨੌਕਰੀਆਂ ਤੇ ਕੁਝ ਨਿੱਜੀ ਖੇਤਰ ਦੇ ਵਿੱਚ ਚੰਗੇ ਅਹੁਦੇ ਤੇ ਤਨਾਇਤ ਹਨ ਪੰਜਾਬ ਤੋਂ ਖਬਰਾਂ ਜਿੱਥੇ ਬੱਬਰ ਖਾਲਸਾ ਤੇ ਟਾਈਗਰ ਫੋਰਸ ਦਾ ਮਾਸਟਰ ਪਲਾਨ ਗੈਂਗਸਟਰ ਅਤਵਾਦੀ ਇਕੱਠੇ ਪੰਜਾਬ ਤੋਂ ਕਰ ਰਹੇ ਨੇ ਪੈਸਾ ਇਕੱਠਾ ਗੈਂਗਸਟਰ ਅਤਵਾਦੀ ਗੱਠ ਜੋੜ ਮਾਮਲੇ ਚ ਪਬੰਦੀ ਸ਼ੂਦਾ ਸੰਗਠਨ ਬੀਕੇਆਈ ਅਤੇ ਕੇਟੀਐਫ ਨਾਲ ਸਬੰਧਤ ਤਿੰਨ ਕਾਲ ਸਤਾਨੀ ਅਤਵਾਦੀਆਂ ਸਮੇਤ 9 ਦੇ ਖਿਲਾਫ ਰਾਸ਼ਟਰੀ ਜਾਂਚ ਏਜੰਸੀ ਵੱਲੋਂ ਦਾਇਰ ਚਾਰਜ ਸ਼ੀਟ ਵਿੱਚ ਵੱਡਾ ਖੁਲਾਸਾ ਹੋਇਆ ਤਿੰਨ ਅਤਵਾਦੀ ਬੀਕੇਆਈ ਦੇ ਹਰਵਿੰਦਰ ਸੰਦੂ ਉਰਫ ਰਿੰਦਾ केटीएफ ਦੇ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ ਤੇ ਬੀਕੀਆਈ ਦੇ ਲਖਬੀਰ ਉਰਫ ਲੰਡੇ ਦੇ ਖਿਲਾਫ ਐਨਆਈ ਨੇ ਕਿਹਾ ਹੈ ਕਿ ਬੀਕੀਆਈ केटीएफ ਫੰਡ ਜਟਾਉਣ ਦਾ ਨੈਟਵਰਕ ਵੀ ਮਿਲਿਆ ਇਨ੍ਹਾਂ ਦੋਸ਼ੀਆਂ ਨੂੰ ਭਾਰਤ ਤੋਂ ਰਸਮੀ ਅਤੇ ਗੈਰ ਰਸਮੀ ਚੈਨਲਾਂ ਰਾਹੀਂ ਫੰਡ ਭੇਜੇ ਜਾ ਰਹੇ ਨੇ ਫੰਡ ਭੇਜਣ ਵਾਲੇ ਅਤੇ ਪ੍ਰਾਪਤ ਕਰਨ ਵਾਲੇ ਦੀ ਪਛਾਣ ਚਪਾਉਣ ਲਈ ਐਮਟੀਟੀਐਸ ਮਾਨੀ ਟ੍ਰਾਂਸਫਰ ਸਰਵਿਸ ਦੀਆਂ ਤੇ ਹੋਰ ਸਾਧਨ ਵਰਤੇ ਜਾ ਰਹੇ ਨੇ ADF ਨਾਲ ਜੁੜੇ 16 ਹੋਰ ਪਗੌੜੇ ਅਤੇ ਗ੍ਰਿਫਤਾਰ ਦੂਛੀਆਂ ਦੇ ਸਬੰਧਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਮਨਪ੍ਰੀਤ ਬਾਦਲ ਨੂੰ ਅੱਜ ਵਿਜੀਲੈਂਸ ਅੱਗੇ ਪੇਚੀ ਇਹ ਲੱਗੇ ਨੇ ਪ੍ਰਕਾਸ਼ ਸਿੰਘ ਬਾਦਲ ਦੇ ਪਤੀ ਜਦੇਲ ਇਲਜ਼ਾਮ ਸੋ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਬੀਜੇਪੀ ਦੇ ਲੀਡਰ ਮਨਪ੍ਰੀਤ ਸਿੰਘ ਬਾਦਲਾ ਅੱਜ ਵਿਜੀਲੈਂਸ ਬਿਊਰੋ ਪੁੱਛਗਿੱਛ ਕਰੇਗੀ ਵਿਜੀਲੈਂਸ ਬਿਊਰੋ ਅਤੇ ਮਨਪ੍ਰੀਤ ਬਾਦਲ ਨੂੰ ਬਠਿੰਡਾ ਦਫ਼ਤਰ ਵਿਖੇ ਤਲਬ ਕੀਤਾ ਮਨਪ੍ਰੀਤ ਬਾਦਲ ਤੇ ਮੰਤਰੀ ਰੈਂਦਾ ਗਲਤ ਤਰੀਕੇ ਨਾਲ ਜ਼ਮੀਨਾਂ ਦੀ ਖਰੀਦੋ-ਫਰੋਖਤ ਕਰਨ ਦੇ ਇਲਜ਼ਾਮ ਨੇ ਮਾਨਪ੍ਰੀਤ ਬਾਦਲ ਦੀ ਸ਼ਿਕਾਇਤ ਵਿਜੀਲੈਂਸ ਨੂੰ ਆਕਾਲੀ ਦਲ ਦੇ ਸਰੂਪ ਚੰਦ ਸਿੰਘ ਲਾ ਨੇ ਕੀਤੀ ਜਿਸ ਤੋਂ ਬਾਅਦ ਵਿਜੀਲੈਂਸ ਬਿਊਰੋ ਨੇ ਆਪਣੇ ਪੱਧਰ ਤੇ ਜਾਂਚ ਕੀਤੀ ਮਾਨਪ੍ਰੀਤ ਬਾਦਲ ਨੂੰ ਪੁੱਛ ਕੇ ਛਲੀ 2 ਦਿਨ ਤਲਬ ਕੀਤਾ ਗਿਆ ਜਤੇ ਬਠਿੰਡਾ ਵਿਖੇ ਅਧਿਕਾਰੀਆਂ ਦੇ ਸਾਹਮਣੇ ਪੇਸ਼ ਹੋਣਾ ਪਵੇਗਾ ਸਰੂਪ ਚੰਦ ਸਿੰਘਲਾ ਨੇ ਇਲਜ਼ਾਮ ਲਾਇਆ ਕਿ ਸਾਬਕਾ ਵਿੱਤ ਮੰਤਰੀ ਨੇ ਪੂਡਾ ਤੋਂ ਕਰੋੜਾਂ ਦੀ ਜ਼ਮੀਨ ਅਕੋਰਡੀਆਂ ਦੇ ਪਾਕ ਖਰੀਦ ਕੀਤੀ ਇਹ ਜ਼ਮੀਨ ਬਟੇਂਡਾ ਦੇ ਵਿੱਚ ਖਰੀਦੀ ਗਈ ਹੈ ਪੰਜਾਬ ਤੋਂ ਨਸ਼ਲੀ ਵਰਤੇ ਜਾਂਦੇ ਕੂੜੇ ਵਾਲੇ ਕੈਪਸੂਲ ਕੀ ਨੇਮਸ ਦੇ ਡਾਕਟਰ ਨੇ ਕਿਹਾ ਸਿਗਨੇਚਰ ਕੈਪਸੂਲ ਨੂੰ ਨਸ਼ੇੜੀ ਕੂੜੇ ਵਾਲਾ ਕੈਪਸੂਲ ਕਹਿੰਦੇ ਨੇ ਪੰਜਾਬ ਵਿੱਚ ਨੌਜਵਾਨ ਨਸ਼ੇ ਦੇ ਦਲਦਲ ਵਿੱਚ ਤਸਦੇ ਜਾ ਰਹੇ ਨੇ ਨਸ਼ੇ ਦੀ ਪੂਰਤੀ ਲਈ ਨੌਜਵਾਨ ਕੂੜੇ ਵਾਲੇ ਕੈਪਸੂਲ ਦੀ ਵਰਤੋਂ ਕਰ ਰਹੇ ਨੇ ਇਹਨਾਂ ਨੂੰ ਪ੍ਰੀਗਾ ਬਿਲਨ 300 ਮਿਲੀਗ੍ਰਾਮ ਕਹਿੰਦੇ ਨੇ ਪਿਛਲੇ ਕੁਝ ਸਾਲਾਂ ਤੋਂ ਮਾਲਵਾ ਖੇਤਰਾਂ ਚ ਨਸ਼ੇ ਦੀ ਪੂਰਤੀ ਲਈ ਕੁਝ ਨਸ਼ੇੜੀ ਸਿਗਨੇਚਰ ਕੈਪਸੂਲ ਦੀ ਵਰਤੋਂ ਕਰ ਰਹੇ ਨੇ ਪਰ ਇਹ ਮੈਡੀਕਲ ਪਾਸ਼ਾ ਦੇ ਵਿੱਚ ਇਹਨਾਂ ਨੂੰ ਪ੍ਰੇਗਾ ਬਿਲਨ 300 ਐਮਜੀ ਸਾਲਟ ਪਾਇਆ ਜਾਂਦਾ ਹੈ ਜੀ ਮਾਨਸਾ ਜ਼ਿਲ੍ਹੇ ਦੇ ਵਿੱਚ ਤਾਰ 144 ਤਹਿਤ ਪ੍ਰੇਗਾ ਬਿਲਨ 300 ਐਮਜੀ ਕੈਪਸੂਲ ਦੀ ਵਿਕਰੀ ਤੇ ਪਾਬੰਦੀ ਹੈ 2021 ਦੇ ਵਿੱਚ ਪ੍ਰੇਗਾ ਬਿਲਨ ਦੀ ਵਰਤੋਂ ਤੇ ਦਰਵਰਤੋਂ ਤੇ ਇੱਕ ਖੋਜ ਪੱਤਰ ਪ੍ਰਕਾਸ਼ਿਤ ਹੋਇਆ ਸੀ ਪੰਜਾਬ ਦਾ ਪੱਛਮੀ ਖੇਤਰ ਪ੍ਰੇਬੀਗਾ ਲਨ ਦੀ ਦਰਵਰਤੋਂ ਦੇ ਰੂਪ ਚ ਇੱਕ ਹੋਰ ਭਿਆਨਕ ਜਨਤਕ ਸਿਹਤ ਸਮੱਸਿਆ ਵੱਲ ਜਾ ਰਿਹਾ ਹੈ। ਸੁੱਕੇ ਪ੍ਰਸਾਦਿਆਂ ਚ ਕਪਲੇਦ ਦਾ ਮਾਮਲਾ ਮੁਅਤਲ ਮੁਲਾਜ਼ਮਾਂ ਨੇ ਬਣਾਈ ਯੂਨੀਅਨ 51 ਮੁਲਾਜ਼ਮਾਂ ਨੇ ਬਣਾਈ ਯੂਨੀਅਨ ਅਤੇ ਲੇਬਰ ਵਿਭਾਗ ਕੋਲ ਕਰਵਾਏ ਰਜਿਸਟ੍ਰੇਸ਼ਨ ਗੁਰਵਿੰਦਰ ਸਿੰਘ ਪੂਮਾਣੂ ਬਣਾਇਆ ਸਰਬਸੰਮਤੀ ਦੇ ਨਾਲ ਐਸਟੀਪੀਸੀ ਏਮਪਲਾਈਜ਼ ਯੂਨੀਅਨ ਦਾ ਪ੍ਰਧਾਨ 2000 ਦੇ ਕਰੀਬ ਮੁਲਾਜ਼ਮ ਯੂਨੀਅਨ ਚ ਹੋ ਚੁੱਕੇ ਨੇ ਸ਼ਾਮਲ ਸੂਕੇ ਪ੍ਰਸ਼ਾਦਾਂ ਵਿੱਚ ਹੋਏ ਕਪੜੇ ਦੇ ਮਾਮਲੇ 'ਚ ਮਤਲਬ ਕੀਤੇ ਗਏ 51 ਮੁਲਾਜ਼ਮਾਂ ਨੇ ਇਕਾ ਦਿਖਾਇਆ ਇਹਨਾਂ ਮੁਲਾਜ਼ਮਾਂ ਨੇ ਐਸਟੀਪੀਸੀ ਏਮਪਲਾਈਜ਼ ਯੂਨੀਅਨ ਨਾਂ ਦੀ ਇੱਕ ਨਵੀਂ ਯੂਨੀਅਨ ਬਣਾਈ ਅਤੇ ਗੁਰਵਿੰਦਰ ਸਿੰਘ ਪੂਮਾਣੂ ਸਰਬਸੰਮਤੀ ਨਾਲ ਇਸ ਦਾ ਪ੍ਰਧਾਨ ਚੁਣਿਆ ਹੈ ਨਵੀਂ ਬਣਾਈ ਯੂਨੀਅਨ ਨੇ ਲੇਬਰ ਵਿਭਾਗ ਕੋਲ ਰਜਿਸਟਰ ਕਰਵਾਇਆ ਜਾ ਚੁੱਕਾ ਦੱਸਿਆ ਜਾ ਰਿਹਾ ਹੈ ਕਿ ਯੂਨੀਅਨ ਚ ਕਰੀਬ 2000 ਮੁਲਾਜ਼ਮ ਸ਼ਾਮਲ ਹੋ ਚੁੱਕੇ ਨੇ ਐਸਡੀਪੀਸੀ ਦੇ ਮੁਲਾਜ਼ਮਾਂ ਦੀ ਗਿਣਤੀ 30000 ਤੋਂ ਵੱਧ ਹੈ ਲੰਗਰ ਸ੍ਰੀ ਗੁਰੂ ਰਾਮਦਾਸ ਵਿਖੇ ਬੀਤੇ ਅੰਤ ਸਾਮੇ ਅੰਦਰ ਹੋਈਆਂ ਪ੍ਰਬੰਧਕੀ ਬੇਨਿਜ਼ਮੀਆਂ ਤੇ ਕਰੋੜਾਂ ਰੁਪਏ ਦੇ ਕਾਪਲੇ ਮਾਮਲੇ 'ਚ ਕਾਰਵਾਈ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 51 ਮੁਲਾਜ਼ਮਾਂ ਨੂੰ ਮੁਅਤਲ ਕੀਤਾ ਸੀ ਇਹਨਾਂ ਮੁਲਾਜ਼ਮਾਂ ਵੱਲੋਂ ਲਗਾਤਾਰ ਬਗਦੀ ਸੁਰਤਖਾਏ ਜਾਰੇ ਸਨ ਬੈਂਕਾਂ ਨੂੰ ਗਰੀਬ ਲੋਨ ਬਕਾਇਦਾਰਾਂ ਨਾਲ ਸਵੇਦਨਸ਼ੀਲ ਤਰੀਕੇ ਨਾਲ ਨਜਿੱਠਣ ਦੀ ਜ਼ਰੂਰਤ ਸੀਤਾਰਾਮਨ ਕੇਂਦਰੀ ਵਿੱਤ ਮੰਤਰੀ ਨਰਮਲਾ ਸੀਤਾਰਾਮ ਨੇ ਬੈਂਕਾਂ ਨੂੰ ਕਿਹਾ ਕਿ ਕਰਜ਼ਾ ਪੁਗਤਾਨ ਦੇ ਮੁੱਦਿਆਂ ਨੂੰ ਸਵੇਦਨਸ਼ੀਲਤਾ ਅਤੇ ਮਨੁੱਖੀ ਭਾਵਨਾਵਾਂ ਨਾਲ ਨਿਪਟਾਉਣ ਸੀਤਾਰਾਮ ਨੇ ਲੋਕ ਸਭਾ ਵਿੱਚ ਪ੍ਰਸ਼ਨ ਕਾਲ ਦੌਰਾਨ ਇੱਕ ਪੂਰਕ ਸਵਾਲ ਦੇ ਜਵਾਬ ਚ ਇਹ ਗੱਲ ਕਈ ਸੋਮਵਾਰ ਨੂੰ ਲੋਕ ਸਭਾ ਦੇ ਵਿੱਚ ਪ੍ਰਸ਼ਨ ਕਾਲ ਦੌਰਾਨ ਜਦੋਂ ਵਿੱਤ ਮੰਤਰੀ ਵਿੱਤ ਰਾਜ ਮੰਤਰੀ ਭਗਵਤ ਕਿਸ਼ਨਰਾਓ ਕਰਾੜ ਬੈਰਡ ਲੋਨ ਬਕਾਇਦਰਾਂ ਨਾਲ ਦੇ ਜੱਠਾਂ ਦੌਰਾਨ ਬੈਂਕਾਂ ਦੀ ਰਣਨੀਤੀ ਬਾਰੇ ਸ਼ਿਵ ਸੈਨਾ ਦੇ ਇੱਕ ਮੈਂਬਰ ਦੇ ਸਵਾਲ ਦਾ ਜਵਾਬ ਦੇ ਰਹੇ ਸੰਤ ਅਸੀਤਾਰਾਮ ਨੇ ਦਖਲ ਦਿੰਦੇ ਹੋਏ ਕਿਹਾ ਕਿ ਇਹ ਇੱਕ ਸੁਵੇਦਨਸ਼ੀਲ ਮਾਮਲਾ ਜੋ ਅਕਸਰ ਸਰਕਾਰ ਦੇ ਧਿਆਨ ਵਿੱਚ ਲਿਆਉਣਾ ਚਾਹੀਦਾ ਹੈ। ਸੀਐਮ ਭਗਵੰਤ ਮਾਨ ਨੂੰ ਰਾਜਪਾਲ ਦਾ ਨਵਾਂ ਪੱਤਰ ਕਿਹਾ ਮੈਨੂੰ ਭ੍ਰਸ਼ਟਾਚਾਰ ਦੀਆਂ ਬਹੁਤ ਸ਼ਿਕਾਇਤਾਂ ਮਿਲ ਰਹੀਆਂ ਨੇ ਮੇਰੇ ਲਵ ਲੈਕਟਰ ਦਾ ਜਲਦੀ ਜਵਾਬ ਦਿਓ। ਰਾਜਪਾਲ ਨੇ ਪੱਤਰ ਦੇ ਵਿੱਚ ਪੰਜਾਬ ਦੇ ਸੀਐਮ ਭਗਵੰਤ ਮਾਨ ਨੂੰ ਪੱਤਰ ਲਿਖਿਆ ਮੇਰੀਆਂ ਚਿੱਠੀਆਂ ਦਾ ਜਲਦੀ ਜਵਾਬ ਦਿਓ ਜਿਨ੍ਹਾਂ ਨੂੰ ਤੁਸੀਂ ਵਿਧਾਨ ਸਭਾ ਵਿੱਚ ਪ੍ਰੇਮ ਪੱਤਰ ਕਹਿ ਰਹੇ ਹੋ ਸੰਵਿਧਾਨ ਮੁਤਾਬਕ ਮੁੱਖ ਮੰਤਰੀ ਰਾਜਪਾਲ ਵੱਲੋਂ ਦਿੱਤੇ ਪੱਤਰਾਂ ਸੰਵਿਧਾਨ ਦੇ ਵਿੱਚ ਰਾਜਪਾਲ ਵੱਲੋਂ ਦਿੱਤੇ ਪੱਤਰਾਂ ਦੇ ਜਵਾਬ ਤੇ ਪਾਬੰਦ ਹੈ ਮੇਰੀਆਂ ਚਿੱਠੀਆਂ ਦਾ ਜਵਾਬ ਦੇਣਾ ਸੰਵਿਧਾਨ ਦੀ ਧਾਰਾ 167 ਦੀ ਉਲੰਘਣਾ ਹੈ ਰੋਇਣ ਨਾਲ ਫੜਿਆ ਲੀਟਰ ਕਾਲੀ ਜਾਂ ਫਿਰ ਚਾੜੂ ਵਾਲਾ ਆਪ ਦੇ ਦਾਅਵੇ ਮਗਰੋਂ ਕਾਲੀ ਦਲ ਨੇ ਕੀਤਾ ਵੱਡਾ ਤਮਾਕਾ ਮਰਤ ਸਰਚੂ ਨਸ਼ੇ ਸਮੇਤ ਫੜੇਗੇ ਤੇਜਵੀਰ ਗਿੱਲ ਮਾਮਲੇ ਨੂੰ ਲੈ ਕੇ ਕਾਲੀ ਦਲ ਤੇ ਆਮ ਆਦਮੀ ਪਾਰਟੀ ਵਿਚਾਲੇ ਜੰਗ ਸ਼ੁਰੂ ਹੋ ਗਈ ਬੀਤੇ ਦਿਨੇ ਜਿੱਥੇ ਆਪ ਨੇ ਤੇਜਵੀਰ ਨੂੰ ਕਾਲੀ ਆਗਮਾ ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ ਦਾ ਸਾਫਕਾ ਜ਼ਿਲ੍ਹਾ ਪ੍ਰਧਾਨ ਦੱਸਿਆ ਸੀ ਉੱਤੇ ਹੀ ਸੋਮਵਾਰ ਨੂੰ ਸਾਫਕਾ ਕਾਲੀ ਦਲ ਨੇ ਪ੍ਰੈਸ ਕਾਨਫਰੰਸ ਕਰਦੇ ਆਪ ਦੇ ਸਪੀਕਰ ਮਾਲਵਿੰਦਰ ਕੰਗ ਤੇ ਨਿਸ਼ਾਨਾ ਸਾਧ ਦੇ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਧਿਕਨ ਦੀ ਗੱਲ ਕਹੀ ਹੈ। ਅਕਾਲੀ ਦਲ ਦੇ ਆਗੂ ਅਰਸ਼ਦੀਪ ਕਲੇਰ ਨੇ ਪ੍ਰੈਸ ਕਾਨਫਰੰਸ ਤੇਜਵੀਰ ਸਿੰਘ ਨੂੰ ਆਪ ਦਾ ਆਗੂ ਦੱਸਿਆ। ਅਰਸ਼ਦੀਪ ਕਲੇਰ ਨੇ ਤੇਜਵੀਰ ਸਿੰਘ ਨਾਲ ਚੋਣਾਂ ਤੋਂ ਪਹਿਲਾਂ ਪਾਰਟੀ ਤੋਂ ਦੂਰੀ ਬਣਾ ਲਈ ਸੀ। ਉਹ ਨਾ ਤਾਂ ਪਾਰਟੀ ਦੀਆਂ ਮੀਟਿੰਗਾਂ ਦੇ ਵਿੱਚ ਸ਼ਾਮਲ ਹੁੰਦੇ ਸੀ ਨਾ ਹੀ ਉਹਨਾਂ ਕੋਲੇ ਅਹੁਦਾ ਸੀ 2000 ਵਿਧਾਨ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਸਨ। ਰਾਜਾ ਸਾਸੀ ਤੋਂ ਚੋਣ ਲੜ ਚੁੱਕੇ ਤੇਜਵੀਰ ਸਿੰਘ ਅਤੇ ਪ੍ਰਾਣ ਗ੍ਰੇਨ ਦੇ ਚੇਅਰਮੈਨ ਬਲਦੇਵ ਸਿੰਘ ਮਿਆਦੀ ਦੀਆਂ ਤਸਵੀਰਾਂ ਵੀ ਦਿਖਾਈਆਂ ਹਨ ਕਾਰਪੋਰੇਟ ਹਸਪਤਾਲਾਂ ਨਾਲ ਮਿਲ ਕੇ ਚੰਗੀ ਸਿਹਤ ਸਹੂਲਤਾਂ ਨੂੰ ਦੇਣੀ ਪਵੇਗੀ ਪੰਜਾਬ ਸਰਕਾਰ ਸਿਹਤ ਕਰਮਚਾਰੀਆਂ ਦਾ ਮੰਨਣਾ ਹੈ ਕਿ ਕਾਰਪੋਰੇਟ ਸੈਕਟਰ ਨਾਲ ਪਹਿਲਾਂ ਕੀਤੇ ਤੇਜ਼ਰਬੇ ਬੁਰੀ ਤਰ੍ਹਾਂ ਫੇਲ ਹੋਏ ਨੇ ਕਾਰਪੋਰੇਟ ਸੈਕਟਰ ਦੀ ਆੜ ਵਿੱਚ ਪੰਜਾਬ ਸਰਕਾਰ ਸਿਹਤ ਵਿਭਾਗ ਨੂੰ ਤੋੜਨ ਦੀ ਤਿਆਰੀ ਕਰ ਰਹੀ ਹੈ ਕਾਰਪੋਰੇਟ ਸੈਕਟਰ ਨੂੰ ਰੈਂਟ ਖੂਨ ਦਾ ਮੁਨਾਫਾ ਸਿਹਤ ਵਿਭਾਗ ਵਿੱਚੋਂ ਦੇਣ ਲਈ ਪਾਈਵਾਲ ਪਾਈਵਾਲੀ ਦਿੱਤੀ ਜਾ ਰਹੀ ਹੈ ਕਾਰਪੋਰੇਟ ਹਸਪਤਾਲਾਂ ਨਾਲ ਮਿਲ ਕੇ ਚੰਗੀ ਸਿਹਤ ਸਹੂਲਤ ਦਵੇਗੀ ਪਵੇ ਦੇਣੀ ਪਵੇਗੀ ਪੰਜਾਬ ਸਰਕਾਰ ਨੂੰ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਚੰਗੀ ਆ ਸਿਹਤ ਸਹੂਲਤਾ ਦੇਣ ਲਈ ਕਾਰਪੋਰੇਟ ਹਸਪਤਾਲਾਂ ਨੂੰ ਪਾਈਵਾਲੀ ਦਾ ਸੱਦਾ ਦਿੱਤਾ ਗਿਆ ਇਸ ਫੈਸਲੇ ਦੇ ਤਹਿਤ ਵਿਭਾਗ ਦੇ ਕਰਮਚਾਰੀ ਨਾਰਾਜ਼ ਨਜ਼ਰ ਆ ਰਹੇ ਹਨ जीरकपुर ਤੋਂ अंबाला ਤੱਕ ਲੱਗਿਆ ਵੱਡਾ ਜਾਮ ਸੁਪਾਰੀ بارش ਤੋਂ ਬਾਅਦ ਸੜਕਾਂ ਤੇ ਲੰਮਾ ਜਾਮ ਲੱਗਿਆ ਹਾਲਾਤ ਐਨੇ ਕਿ ਜ਼ੀਰਕਪੁਰ ਤੋਂ अंबाला ਬੈਰੀਅਰ ਤੱਕ ਜਾਮ ਲੱਗਿਆ ਲੋਕ ਵਾਹਨਾਂ ਦੇ ਵਿੱਚ ਕੈਦ ਹੋ ਗਏ ਨੇ ਸਕੂਲ ਬੱਸਾਂ ਤੇ ਐਂਬੂਲੈਂਸਾਂ ਵੀ ਫਸ ਗਈਆਂ ਨੇ ਬੱਬੂ ਮਾਨ ਨੇ ਪੁਰਾਣੇ ਦਿਨਾਂ ਦੀ ਵੀਡੀਓ ਕੀਤੀ ਸ਼ੇਅਰ 2010 ਤੋਂ ਵੀ ਪੰਜਾਬ ਤੋਂ ਇੰਜ ਹਾਇ ਸੀ ਹੜ ਤਿੰਨ ਦਹਾਕਿਆਂ ਤੋਂ ਪੰਜਾਬੀ ਇੰਡਸਟਰੀ ਦੇ ਰਾਜ ਕਰ ਰਹੇ ਨੇ ਤੇ ਆਪਣੀ ਗਾਇਕੀ ਦੇ ਕੈਰੀਅਰ ਨੂੰ ਇੰਡਸਟਰੀ ਨੂੰ ਬੇਸ਼ਮਾਰ ਹਿੱਟ ਗਾਣੇ ਤੇ ਐਲਬਮ ਬਦਿਤੀਆਂ ਨੇ ਸਨਲ ਬੱਬੂ ਮਾਨ ਉਹਨਾਂ ਦੇ ਬੇਬਾਕ ਅੰਦਾਜ਼ ਲਈ ਜਾਣੇ ਜਾਂਦੇ ਹਨ ਬਬੂ ਮਾਨ ਨੇ ਹਾਲੀ ਦੇ ਵਿੱਚ ਪੁਰਾਣੇ ਦਿਨਾਂ ਦੀ ਵੀਡੀਓ ਸਾਂਝੀ ਕੀਤੀ ਜਿਸ ਦੇ ਵਿੱਚ ਕੈਨੇਡਾ ਦੇ ਵੈਨਕੂਵੂ ਚੋਂ ਲਾਈਵ ਸ਼ੋਅ ਕਰਦੇ ਨਜ਼ਰ ਆ ਰਹੇ ਨੇ ਇਹ ਵੀਡੀਓ 2010 ਦੀ ਉਸ ਸਮੇਂ ਵੀਡੀਓ ਆ ਜਦੋਂ ਚੜ੍ਹਦਾ ਤੇ ਲੈਂਦਾ ਪੰਜਾਬ ਹੜ੍ਹ ਦੇ ਵਿੱਚ ਡੁੱਬ ਰਹੇ ਸਨ ਵਿਰਾਸਤੇ ਖਾਲਸਾ ਦਾਸਤੈ ਸ਼ਹਾਦਤ ਗੋਲਡਨ ਟੈਂਪਲ ਪਲਾਜ਼ਾ 31 ਜੁਲਾਈ ਤੱਕ ਸਲੈਨਿੰਗਾਂ ਲਈ ਰਹਿਣਗੇ ਬੰਦ ਮੁਰੰਮਤ ਤੇ ਰੱਖ ਰਖਾ ਦੇ ਮੱਦੇ ਨਜ਼ਰ ਲਿਆ ਗਿਆ ਫੈਸਲਾ ਸੋ ਸਹਿਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਅਧੀਨ ਆਉਂਦੇ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਆਜ਼ਾਬ ਵਿਰਾਸਤਾ ਖਾਲਸਾ ਸ਼੍ਰੀ ਚਮਕੌਰ ਸਾਹਿਬ ਵਿਖੇ ਦਾਸਤਾਂ ਸ਼ਹਾਦਤ ਤੇ ਅੰਮ੍ਰਿਤਸਰ ਵਿਖੇ ਗੋਲਡਨ ਟੈਂਪਲ ਪਲਾਜ਼ਾ ਸਮਾਹੀ ਰੱਖ ਰਖਾ ਦੇ ਮੱਦੇ ਨਜ਼ਰ 31 ਜੁਲਾਈ ਤੱਕ ਸੈਲਾਨੀਆਂ ਦੇ ਲਈ ਬੰਦ ਰਹਿਣਗੇ ਖਬਰ ਕੈਨੇਡਾ ਤੋਂ ਜਿੱਥੇ ਕਾਰਚੋਰਾਂ ਵੱਲੋਂ ਭਾਰਤੀ ਵਿਦਿਆਰਥੀਆਂ ਦੀ ਹੱਤਿਆ ਕੈਨੇਡਾ ਦੇ ਵਿੱਚ ਕਾਰਚੋਰਾਂ ਨੇ ਇੱਕ ਭਾਰਤੀ ਵਿਦਿਆਰਥੀ ਦੀ ਅਤਿਆਕਾਰ ਦਿੱਤੀ ਜਾਂ ਭਾਰਤੀ ਵਿਦਿਆਰਥੀ ਗੁਰਵਿੰਦਰ ਨਾਟ ਤੇ ਉਸ ਸਮੇਂ ਜਾਣਲੇਵਾ ਹਮਲਾ ਹੋਇਆ ਜਦੋਂ ਛੁੱਟੀਆਂ ਦੌਰਾਨ ਪੀਜ਼ਾ ਡਿਲੀਵਰੀ ਦਾ ਕੰਮ ਕਰ ਰਿਹਾ ਸੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਆ ਮਾਨਪ੍ਰੀਤ ਬਾਦਲ ਨੇ ਆਪਣੇ ਤੇ ਲੱਗੇ ਇਲਜ਼ਾਮਾਂ ਨੂੰ ਦੱਸਿਆ ਬੇਬੁਨਿਆਦ ਮੈਂ ਮੰਤਰੀ ਰਹਿੰਦਿਆ ਕਦੇ ਸਰਕਾਰੀ ਗੱਡੀ 'ਚ ਨਹੀਂ ਘੁੰਮਿਆ ਕਿਹਾ ਮੈਂ ਤਾਂ ਆਪਣੀਆਂ ਟਿਊਬ ਬਲਾਂ ਦੇ ਬਿੱਲ ਵੀ ਆਪ ਭਰਦਾ ਰਿਹਾ ਫਿਰ ਇਹ ਕਪਲਾਤਾ ਦੂਰ ਦੀ ਗੱਲ ਐ ਮੇਰੇ ਤੇ ਇਲਜ਼ਾਮ ਲਾਇਆ ਗਿਆ ਹੈ ਮੈਂ ਇੱਕ ਮੰਤਰੀ ਰਹਿਂਦਾ ਇੱਕ ਪਲਾਂਟ ਖਰੀਦਾ ਜੋ ਕਿ ਪਹਿਲਾਂ ਕਮਰਸ਼ੀਅਲ ਸੀ ਤੇ ਬਾਅਦ ਵਿੱਚ ਆਪਣੇ ਤੌਸੇ ਨਾਲ ਕੇ ਰੈਜ਼ੀਡੈਂਸ਼ੀਅਲ ਕਰਵਾ ਲਿਆ ਉਹਨਾਂ ਨੇ ਸਪਸ਼ਟੀਕਰਨ ਦਿੱਤਾ ਹੈ ਕਿ ਇਹਨਾਂ ਨੇ ਖਰੀਦਣ ਤੋਂ 10 ਸਾਲ ਪਹਿਲਾਂ ਹੀ ਪਲਾਂਟ ਰੈਜ਼ੀਡੈਂਸ਼ੀਅਲ ਹੋ ਗਿਆ ਸੀ ਉਸ ਸਮੇਂ ਤਾਂ ਨਾਬਦਾਇਕ ਸਨ ਨਾ ਮੰਤਰੀ ਸਨ ਹਾਂ ਸਰੂਪ ਚੰਦ ਸਿੰਘ ਲਾ ਉਸ ਸਮੇਂ ਜ਼ਰੂਰ ਵਿਧਾਇਕ ਸੀ ਬਿਆਸ ਦਰਿਆ ਦੇ ਨੇੜੇ ਰਹਿਣ ਦੇ ਲੋਕਾਂ ਲਈ ਵੱਜੀ ਖਤਰੇ ਦੀ ਕੰਟੀ ਖਤਰੇ ਦੇ ਨਿਸ਼ਾਨ ਤੋਂ 2 ਇੰਚ ਥੱਲੇ ਵਗ ਰਿਹਾ ਦਰਿਆ ਦਾ ਪਾਣੀ ਅੰਮ੍ਰਿਤਸਰ ਵਿੱਚ ਬਿਆਸ ਦਰਿਆ ਅੰਦਰ ਵਧੇ ਪਾਣੀ ਦੇ ਪੱਧਰ ਨੇ ਲੋਕਾਂ ਦੇ ਵਿੱਚ ਦਹਿਸ਼ਤ ਪਾ ਦਿੱਤੀ ਆ ਬਿਆਸ ਦਰਿਆ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਿਖਰ ਉੱਤੇ ਇਸ ਸਮੇਂ ਪਾਣੀ ਦਾ ਪੱਧਰ ਪਹੁੰਚਾ ਯੈਲੋ ਅਲਰਟ ਤੋਂ ਬਸ 2 ਇੰਚ ਹੀਟਾਂ ਪਾਣੀ ਬਿਆਸ ਦੇ ਦਰਿਆ ਦਾ ਵਗ ਰਿਹਾ ਏ ਬਿਆਸ ਦਰਿਆ ਦਾ ਡਿਸਚਾਰਜ ਪੱਧਰ 85400 ਤੇ ਪੂਜਾ 90000 ਕਿਊਸਕ ਹੈ ਯੈਲੋ ਅਲਰਟ ਦਾ ਨਿਸ਼ਾਨ ਡੁੱਬ ਚੁੱਕਾ ਬਿਆਸ ਦਰਿਆ ਦਾ ਕੰਢੀ ਖੇਤਰ ਜਲੰਧਰ ਚੋਂ ਲਾਡੋਵਾਲ ਟੋਲ ਪਲਾਜ਼ਾ ਦੇ ਮੁਲਾਜ਼ਮਾਂ ਤੋਂ 23 ਲੱਖ ਰੁਪਏ ਦੀ ਲੁੱਟ ਫਿਲਮੀ ਅੰਦਾਜ਼ ਚ ਲੁੱਟ ਨੂੰ ਦਿੱਤਾ ਗਿਆ ਅੰਜਾਮ ਐਨ ਆਰ ਆਈ ਭਾਈਚਾਰੇ ਲਈ ਸੂਬਾ ਸਰਕਾਰ ਵੱਲੋਂ ਵਿਦੇਸ਼ ਵਿਸ਼ੇਸ਼ ਸਹੂਲਤ ਪੋਰਟਲ ਰਾਹੀਂ ਘਰ ਬੈਠੇ ਜ਼ਮੀਨ ਜਾਇਦਾਦ ਅਤੇ ਦਸਤਾਵੇਜ਼ਾਂ ਦੀ ਮਿਲੇਗੀ ਸਹੂਲਤ ਫਲੋਰ ਬਾਸਾਡੇ ਕੋਲੋਂ 5 ਹਥਿਆਰਬੰਦ ਨੌਜਵਾਨਾਂ ਨੇ ਟੋਲ ਪਲਾਜ਼ੇ ਮੈਨੇਜਰ ਤੋਂ 24 ਲੱਖ ਰੁਪਏ ਦੀ ਲੁੱਟ ਕੀਤੀ ਤੇ ਫਰਾਰ ਹੋ ਗਏ ਮੈਨੇਜਰ ਆਪਣੇ ਡਰਾਈਵਰ ਦੇ ਨਾਲ ਲਾਡੋਵਾਲ ਤੋਂ ਸਥਾਨਕ ਪੰਜਾਬ ਨੈਸ਼ਨਲ ਬੈਂਕ ਚੋਂ ਪੈਸੇ ਜਮ੍ਹਾਂ ਕਰਵਾਉਣ ਦੇ ਲਈ ਜਾ ਰਿਹਾ ਸੀ ਸੁਖਬੀਰ ਨੂੰ ਲਾਂਭੇ ਕੀਤੇ ਬਿਨਾਂ ਕਾਲੀ ਦਲ ਦੀ ਮਜ਼ਬੂਤੀ ਸੰਭਵਨੀ ਸੁਖਦੇਵ ਢੀਂਡਸਾ ਨੇ ਵੱਡਾ ਬਿਆਨ ਦਿੱਤਾ ਹੈ